ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਕਮਿਊਨਿਟੀ ਪ੍ਰੋਫਾਈਲ ਸੈਗਮੈਂਟ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਮੇਸ਼ਾ ਹੀ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਕਿ ਕਿਸੇ ਵੀ ਫੀਲਡ ਦੇ ਵਿੱਚ ਕੋਈ ਉਪਲਬਧੀ ਹਾਸਲ ਕੀਤੀ ਹੈ ਉਹਨਾਂ ਨੂੰ ਤੁਹਾਡੇ ਸਾਹਮਣੇ ਰੂਬਰੂ ਕਰਾ ਸਕੀਏ। ਅਤੇ ਅੱਜ ਸਾਨੂੰ ਬੜਾ ਮਾਣ ਹੈ ਕਿ ਅੱਜ ਦੀ ਇਸ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਜਿੱਥੇ ਹਰ ਇੱਕ ਕੋਈ ਆਪਣੇ ਆਪ ਨੂੰ ਕਿਸੇ ਮੁਕਾਮ ਤੱਕ ਪਹੁੰਚਾਉਣ ਲਈ ਲੱਗਾ ਹੋਇਆ ਹੈ, ਲੇਕਿਨ ਕੁਝ ਐਸੀਆਂ ਵੀ ਸ਼ਖਸੀਅਤਾਂ ਹਨ ਜਿਹੜੇ ਕਿ ਦੂਸਰਿਆਂ ਬਾਰੇ ਬਹੁਤ ਸੋਚਦੀਆਂ ਨੇ। ਉਹਨਾਂ ਵਿੱਚੋਂ ਇੱਕ ਹਨ ਮੱਖਣ ਟੁੱਟ, ਜਿਹੜੇ ਕਿ ਮਮਤਾ ਫਾਊਂਡੇਸ਼ਨ ਆਫ ਕੈਨੇਡਾ ਦੇ ਬਾਣੀ ਹਨ। ਅਤੇ ਇਹਨਾਂ ਵੱਲੋਂ ਪਿਛਲੇ 10 ਸਾਲਾਂ ਵਿੱਚ ਹਜ਼ਾਰਾਂ ਹੀ ਬੱਚਿਆਂ ਦੇ ਜੀਵਨ ਦੇ ਵਿੱਚ ਬਦਲਾਅ ਲਿਆਂਦਾ ਗਿਆ ਪੰਜਾਬ ਦੇ ਵਿੱਚ, ਅਤੇ ਉਹ ਵੀ ਖਾਸ ਤੌਰ ਦੇ ਉੱਤੇ ਬੱਚਿਆਂ ਦੀ ਜ਼ਿੰਦਗੀ ਜੋ ਹੈ ਉਸ ਦੇ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਓ ਇਸ ਸੰਬੰਧ ਵਿੱਚ ਅੱਜ ਗੱਲਬਾਤ ਕਰਦੇ ਹਾਂ ਮਮਤਾ ਫਾਊਂਡੇਸ਼ਨ ਆਫ ਕੈਨੇਡਾ ਦੇ ਬਾਣੀ ਮੱਖਣ ਤੁੱਟ ਜੀ ਨਾਲ। ਜੀ ਆਇਆਂ ਜੀ, ਵੈਲਕਮ ਟੂ ਦ ਪ੍ਰੋਗਰਾਮ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ। ਜੀ ਆਇਆਂ ਨੂੰ। ਅੱਜ ਜ਼ਿੰਦਗੀ ਦੇ ਵਿੱਚ ਕਿਸੇ ਕੋਲ ਸਮਾਂ ਨਹੀਂ ਹੈਗਾ, ਹਰ ਇੱਕ ਕੋਈ ਰੇਸ 'ਚ ਲੱਗਾ ਹੋਇਆ ਕਿ ਮੇਰੇ ਕੋਲ ਹੋਰ ਹੋ ਜਾਏ, ਮੈਂ ਹੋਰ ਉਪਲਬਧੀਆਂ ਕਰ ਲਾਂ। ਪਰ ਕਿਹੜਾ ਉਹ ਜੀਵਨ ਦਾ ਮੂਮੈਂਟ ਸੀ ਜਿਹਨੇ ਕਿ ਤੁਹਾਡੇ ਜੀਵਨ ਦੇ ਵਿੱਚ ਇੱਕ ਟਰਨ ਲਿਆਂਦਾ? ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ 1975 ਦੇ ਵਿੱਚ ਤੁਸੀਂ ਕੈਨੇਡਾ ਆਏ, ਪਰ 10 ਸਾਲ ਪਹਿਲਾਂ ਯਾਨੀ ਕਿ ਅਰਾਊਂਡ 1998-99 ਦੇ ਕੋਲ ਤੁਸੀਂ ਇੱਕ ਹੋਰ ਹੀ ਰਸਤਾ ਜਿਹੜਾ ਚੁਣ ਲਿਆ। ਤੁਸੀਂ ਤਾਂ ਭੈਣ ਜੀ ਗੁਰਬਖਸ਼ ਕੌਰ ਦਿਓ ਜੀ, ਤੁਸੀਂ ਦੋਨਾਂ ਨੇ ਰਲ ਕੇ ਇਹ ਮਮਤਾ ਫਾਊਂਡੇਸ਼ਨ ਆਫ ਕੈਨੇਡਾ ਦੀ ਨੀਂਹ ਰੱਖੀ। ਸੋ ਕੀ ਸੀ ਉਹ ਮੂਮੈਂਟ ਜਿਹਨੇ ਕਿ ਤੁਹਾਨੂੰ ਟ੍ਰਾਂਸਫਾਰਮ ਕੀਤਾ? ਸਭ ਤੋਂ ਪਹਿਲਾਂ ਤਾਂ ਜੀ ਮੈਂ ਜਦੋਂ 1975 ਦੇ ਵਿੱਚ ਕੈਨੇਡਾ ਦੇ ਵਿੱਚ ਆਇਆ, ਦਸੰਬਰ ਦਾ ਮਹੀਨਾ ਸੀ ਲਾਸਟ ਜੀ, ਅਤੇ ਮੈਂ ਪਹਿਲਾਂ ਉਦੋਂ ਸਟੂਡੈਂਟ ਹੁੰਦਾ ਸੀ ਪੰਜਾਬ ਦੇ ਵਿੱਚ ਜੀ, ਅਤੇ ਪੰਜਾਬ ਦੇ ਵਿੱਚ ਐਜ ਏ ਸਟੂਡੈਂਟ ਹੁੰਦੇ ਹੋਏ ਵੀ ਮੇਰਾ ਜਿਹੜਾ ਕਾਲਜ ਦੇ ਵਿੱਚ ਵੀ ਸੰਬੰਧ ਸੀ ਉਹ ਅਸੀਂ ਸੋਸ਼ਲ ਕੰਮਾਂ 'ਤੇ ਲਾਉਂਦੇ ਸੀ। ਪਿੰਡ ਦੇ ਵਿੱਚ ਨੌਜਵਾਨ ਸਭਾ ਸੀ ਰਾਈਟ, ਜਿਹਦੇ ਵਿੱਚ ਮੇਰੇ ਨਾਲ ਸੀਨੀਅਰ ਮੁੰਡੇ ਹੋਰ ਸੀਗੇ, ਮੈਂ ਤਾਂ ਉਦੋਂ ਛੋਟੀ ਉਮਰ ਦੇ ਵਿੱਚ ਸੀਗਾ ਜਦੋਂ ਦਾ ਸ਼ੁਰੂ ਹੋਇਆ 9ਵੀਂ 10ਵੀਂ 'ਚ, 15-16 ਸਾਲ ਦਾ ਸੀ ਜੀ। ਸੋ ਨੌਜਵਾਨ ਸਭਾ ਜਿਹੜੀ ਪਿੰਡ ਦੇ ਵਿੱਚ ਸੀ ਉਹ ਜਿਹੜੀ ਯੁਵਕ ਕੇਂਦਰ ਜਲੰਧਰ ਦੇ ਵਿੱਚ ਉਦੋਂ ਹੁੰਦਾ ਸੀ, ਜਿਹਦੇ ਵਿੱਚ ਜਿਹੜੇ ਸ਼ਹੀਦ ਸੀਗੇ, ਸ਼ਹੀਦ ਭਗਤ ਸਿੰਘ ਦੀ ਮਾਤਾ ਵਿਦਿਆਵੰਤੀ ਜੀ ਜੀਂਦੇ ਸੀ, ਉਹਨਾਂ ਦੇ ਸਾਥੀ ਪੰਡਿਤ ਕਿਸ਼ੋਰੀ ਲਾਲ ਸੀ, ਗਦਰ ਲਹਿਰ ਦੇ ਜਿਹੜੇ ਬਾਬੇ ਆ ਬਾਬਾ ਹਰਨਾਮ ਸਿੰਘ ਕਾਲਾ ਸਿੰਘ ਆ, ਹਰਭਜਨ ਸਿੰਘ ਚਮਿੰਡਾ, ਇਹ ਬਾਬੇ ਗਦਰੀ ਬਾਬੇ ਵੀ ਉਦੋਂ ਜੀਂਦੇ ਸੀ। ਇਹਨਾਂ ਨੇ ਜਲੰਧਰ ਦੇ ਵਿੱਚ ਯੁਵਕ ਕੇਂਦਰ ਬਣਾਇਆ ਸੀ। ਓਕੇ, ਉਹ ਯੁਵਕ ਕੇਂਦਰ ਨੇ ਫਿਰ ਜਿਹੜੀਆਂ ਯੂਥ ਕਲੱਬਸ ਨੌਜਵਾਨ ਸਭਾਵਾਂ ਪਿੰਡਾਂ ਦੇ ਵਿੱਚ ਬਣਾਈਆਂ ਸੀ ਜੀ, ਜਿਹੜੀਆਂ ਕਿ ਸ਼ਹੀਦਾਂ ਦੇ ਜਿਹੜੇ ਆਸ਼ੇ ਆ ਉਹ ਕੀ ਚਾਹੁੰਦੇ ਸੀ, ਕਿੱਦਾਂ ਦੀ ਆਜ਼ਾਦੀ ਚਾਹੀਦੀ ਆ, ਲੋਕਾਂ ਦਾ ਜੀਵਨ ਕਿੱਦਾਂ ਹੋਣਾ ਚਾਹੀਦਾ ਰਾਈਟ, ਉਹਦੇ ਬਾਰੇ ਪ੍ਰਚਾਰ ਕਰਦੇ ਸੀ ਰਾਈਟ। ਮੈਂ ਛੋਟਾ ਜਿਹਾ ਸੀ ਅਤੇ ਸਾਡੇ ਪਿੰਡ ਵਿੱਚ ਉਹ ਜਦੋਂ ਨੌਜਵਾਨ ਸਭਾ ਸ਼ੁਰੂ ਹੋਈ ਅਸੀਂ ਵੀ ਨਿਆਣਿਆਂ ਦੇ ਤੌਰ 'ਤੇ ਉਹਦੇ 'ਚ ਜਾਣਾ ਸ਼ੁਰੂ ਕਰਤਾ ਜੀ। ਫਿਰ ਅਸੀਂ ਪਿੰਡ ਦੀਆਂ ਨਾਲੀਆਂ ਸਾਫ਼ ਕਰਨੀਆਂ, ਪਿੰਡ ਦੇ ਭਲਾਈ ਦੇ ਕੰਮ ਕਰਨੇ, ਉਦੋਂ ਕੱਚੀਆਂ ਸੜਕਾਂ ਹੁੰਦੀਆਂ ਸੀ, ਰਾਹ ਹੁੰਦੇ ਸੀ, ਉਹਨਾਂ 'ਚ ਮਿੱਟੀ ਪਾਉਣੀ ਰਾਈਟ। ਸੋ ਇੱਦਾਂ ਦੇ ਕੰਮ ਕਰਕੇ ਫਿਰ ਮੈਂ ਉਹਦੇ 'ਚ ਇਨਵੋਲਵ ਹੋ ਗਿਆ। ਫਿਰ ਅਸੀਂ ਜਦੋਂ ਐਤਵਾਰ ਨੂੰ ਸਕੂਲ 'ਚ ਛੁੱਟੀ ਹੁੰਦੀ ਸੀ ਉਦੋਂ ਇੱਕ ਪਿੰਡ ਚੁਣ ਲੈਣਾ ਇਲਾਕੇ 'ਚ, ਉਹਦੇ 'ਚ ਜਾ ਕੇ ਉਹਨਾਂ ਸ਼ਹੀਦਾਂ ਦੀ ਨਮਾਇਸ਼ ਲਾਉਣੀ, ਉਹਨਾਂ ਦੀ ਜ਼ਿੰਦਗੀ ਬਾਰੇ ਲੋਕਾਂ ਨੂੰ ਦੱਸਣਾ ਅਤੇ ਉਹਦੇ 'ਤੇ ਡਰਾਮਾ ਕਰਨਾ। ਓਕੇ, ਸੋ ਉੱਥੋਂ ਇਹ ਜਿਹੜੀ ਲਗਨ ਆ ਉਦੋਂ ਲੱਗੀ ਕਿ ਜਿਹੜੀ ਸੁਸਾਇਟੀ 'ਚ ਅਸੀਂ ਰਹਿ ਰਹੇ ਹਾਂ ਜੀ, ਜਿਹੜੇ ਸ਼ਹੀਦ ਹੋਏ ਆ ਇਸ ਆਜ਼ਾਦੀ ਲਈ, ਉਹਨਾਂ ਦਾ ਸੁਪਨਾ ਬਹੁਤ ਵਧੀਆ ਸੀ ਕਿ ਜਿਹੜੇ ਲੋਕ ਆ ਹਰੇਕ ਦੀ ਜਿਹੜੀ ਆ ਮੁੱਖ ਲੋੜਾਂ ਉਹ ਹੈ ਰੋਟੀ ਕੱਪੜਾ ਔਰ ਮਕਾਨ, ਇਹ 3 ਘੱਟੋ ਘੱਟ ਪੂਰੀਆਂ ਹੋਣੀਆਂ ਚਾਹੀਦੀਆਂ ਜੀ। ਪਰ ਜਦੋਂ ਅਸੀਂ ਸੁਸਾਇਟੀ ਸਮਾਜ ਦੇ ਵਿੱਚ ਦੇਖਦੇ ਸੀ ਤੇ ਉਹ ਸੁਪਨਾ ਜਿਹੜਾ ਸਾਨੂੰ ਅਧੂਰਾ ਦਿਖਦਾ ਸੀ। ਸੋ ਅਸੀਂ ਇਹ ਸੋਚਦੇ ਸੀ ਕਿ ਉਹ ਜਿਹੜਾ ਸੁਪਨਾ ਅਧੂਰਾ ਉਹਨੂੰ ਪੂਰਾ ਕਰਨ ਲਈ ਲੋਕਾਂ ਨੂੰ ਜਾਗਰਤੀ ਦੀ ਲੋੜ ਆ ਕਿ ਉਹ ਜਿਹੜਾ ਮੈਸੇਜ ਲੋਕਾਂ 'ਚ ਕਿਵੇਂ ਪਹੁੰਚਾਉਣਾ ਰਾਈਟ। ਸੋ ਉਹ ਜਿਹੜੀ ਜਾਗਰਤੀ ਤਾਂ ਹੀ ਆ ਸਕਦੀ ਜੇ ਤੁਸੀਂ ਲੋਕਾਂ ਦੇ ਵਿੱਚ ਵਿਚਰੋ, ਉਹਨਾਂ ਦੀਆਂ ਸੋਸ਼ਲ ਪ੍ਰੋਬਲਮ ਜਿਹੜੀਆਂ ਅਤੇ ਹੋਰ ਸਾਰੀਆਂ ਪ੍ਰੋਬਲਮ ਆ ਉਹਨੂੰ ਅੰਡਰਸਟੈਂਡ ਕਰਦੇ ਹਾਂ, ਉਹਨਾਂ ਦੇ ਨਾਲ ਖੜਦੇ ਹਾਂ। ਸੋ ਉੱਥੋਂ ਜਦੋਂ ਖੜਦੇ ਆਏ ਸੀ ਉਦੋਂ ਮੈਂ ਕੈਨੇਡਾ ਆ ਗਿਆ। ਓਕੇ, ਅਤੇ ਕੈਨੇਡਾ ਦੇ ਵਿੱਚ ਆ ਕੇ ਜਿਸ ਵੇਲੇ ਮੈਂ 1975 'ਚ ਆਇਆ ਜੀ, ਉਸ ਵੇਲੇ ਜਿਹੜਾ ਨਸਲਵਾਦ ਆ ਉਹ ਬਹੁਤ ਉਚਾਈ 'ਤੇ ਸੀ ਰਾਈਟ। ਉਸ ਵੇਲੇ ਤੁਸੀਂ ਜੇ ਗੋਰਿਆਂ ਦੇ ਗਵਾਂਢ ਦੇ ਵਿੱਚ ਕੋਈ ਹਿੰਦੁਸਤਾਨੀ ਪੰਜਾਬੀ ਖਾਸ ਕਰਕੇ ਜੇ ਤੁਹਾਡੇ ਪੱਗ ਬੰਨੀ ਆ, ਸਰਦਾਰ ਆ, ਸਿੱਖ ਆ ਜਾਂ ਮੁਸਲਮਾਨ ਆ, ਡਿਫਰੈਂਟ ਕਲਚਰ ਦਾ ਤੁਹਾਡਾ ਪਹਿਰਾਵਾ ਰਹਿੰਦੇ ਹਾਂ ਜੀ,
ਤੇ ਆਮ ਗੱਲ ਹੁੰਦੀ ਸੀ ਕਿ ਤੁਹਾਡੇ ਘਰ ਤੇ ਆਂਡੇ ਵੱਜਣੇ ਜਾਂ ਸ਼ੀਸ਼ੇ ਭੱਜਣੇ ਜਾਂ ਤੁਹਾਨੂੰ ਸਟਰੀਟ ਤੇ ਤੁਰੇ ਜਾਂਦੇ ਨੂੰ ਗਾਲ ਕੱਢਣੀ। ਰਾਈਟ। ਸੋ ਉਹਨਾਂ ਦਿਨਾਂ ਦੇ ਵਿੱਚ ਫਿਰ ਇੱਥੇ ਜਿਹੜੀਆਂ ਆਰਗੇਨਾਈਜੇਸ਼ਨਾਂ ਬਣੀਆਂ ਸੀ ਨਸਲਵਾਦ ਦੇ ਖਿਲਾਫ, ਮੈਂ ਉਹਨਾਂ 'ਚ ਵੀ ਇਨਵੋਲਵ ਰਿਹਾ, ਉਹਦੇ ਵਿੱਚ ਵੀ ਫਿਰ ਜਿਹੜੀ ਫਾਈਟ ਕੀਤੀ। ਫਿਰ ਉਹਦੇ ਲਈ ਅਸੀਂ ਇੱਥੇ ਜਿਹੜੀ ਗੋਰਿਆਂ ਦੀ ਮੂਵਮੈਂਟ ਸੀ ਉਹਦੇ ਨਾਲ ਰਲੇ। ਇਹ ਇੱਥੇ ਉਦੋਂ ਉਹਨਾਂ ਦਿਨਾਂ 'ਚ ਦੋ ਆਰਗੇਨਾਈਜੇਸ਼ਨਾਂ ਹੁੰਦੀਆਂ ਸੀ, BCOFR ਚਰਨਪਾਲ ਗਿੱਲ ਦੀ ਅਤੇ ਦੂਸਰੀ ਈਸਟ ਇੰਡੀਅਨ ਡਿਫੈਂਸ ਕਮੇਟੀ। ਇਹ ਦੋ ਆਰਗੇਨਾਈਜੇਸ਼ਨਾਂ ਆਪਣੇ ਆਪਣੇ ਤੌਰ ਦੇ ਉੱਤੇ, ਚਾਹੇ ਵਿਚਾਰਕ ਤੌਰ 'ਤੇ ਇਹਨਾਂ ਦੇ ਮਤਭੇਦ ਸੀ, ਪਰ ਦੋਨੇ ਇੱਦਾਂ ਮਿਸ਼ਨ ਇੱਕੋ ਸੀ ਕਿ ਨਸਲਵਾਦ ਦੇ ਖਿਲਾਫ ਲੜਨਾ। ਰਾਈਟ। ਸੋ ਮੈਂ ਫਿਰ ਇਸ ਨਸਲਵਾਦ ਦੇ ਖਿਲਾਫ ਜਿਹੜੀ ਮੂਵਮੈਂਟ ਸੀ ਉਹਦੇ 'ਚ ਵੀ ਹੈਲਪ ਕਰਦਾ ਰਿਹਾ। ਰਾਈਟ। ਫਿਰ ਉਦੋਂ ਬਾਅਦ ਦੇ ਵਿੱਚ ਫਾਰਮ ਵਰਕਰ ਯੂਨੀਅਨ, ਜਿਹਦੇ ਵਿੱਚ ਆਪਣੇ ਲੋਕ ਕੰਮ ਕਰਦੇ ਸੀ ਜ਼ਿਆਦਾ, ਉਹਨਾਂ ਦੀ ਐਕਸਪਲੋਇਟੇਸ਼ਨ ਹੁੰਦੀ ਸੀ ਫਾਰਮਾਂ ਦੇ ਵਿੱਚ, ਉਹ ਜਦੋਂ ਆਰਗੇਨਾਈਜ਼ ਹੋਈ ਆ ਉਹਦੇ 'ਚ ਕੰਮ ਕੀਤਾ। ਰਾਈਟ। ਉਸ ਤੋਂ ਬਾਅਦ ਦੇ ਵਿੱਚ ਅਸੀਂ ਕੁਛ ਜਿਹੜੇ ਇੱਥੇ ਲੇਖਕ ਸੀ, ਉਦੋਂ ਪੰਜਾਬੀ ਲੇਖਕ ਮੰਚ, ਪਹਿਲਾਂ ਵੈਨਕੂਵਰ ਸਹਿਤ ਸਭਾ ਹੁੰਦੀ ਸੀ, ਮੈਂ ਉਹਦੇ 'ਚ ਇਨਵੋਲਵ ਸੀ। ਓਕੇ। ਜਿਹਦੇ ਵਿੱਚ ਗੁਰਚਰਨ ਰਾਮਪੁਰੀ, ਦਰਸ਼ਨ ਗਿੱਲ ਅਤੇ ਅਜਮੇਰ ਰੋਡੇ, ਇਹ ਮੁੱਖ ਤੌਰ 'ਤੇ ਹੁੰਦੇ ਸੀ ਜੀ, ਅਤੇ ਉਸ ਵੇਲੇ ਮੈਂ ਉਹਦਾ ਮੈਂਬਰ ਬਣਿਆ। ਅਤੇ ਇਸ ਤੋਂ ਬਾਅਦ 'ਚ ਅਸੀਂ ਕੁਛ ਕੁ ਜਿਹੜੇ ਇੰਟਲੈਕਚੁਅਲ ਸੋਚ ਦੇ ਸੀਗੇ, ਅਸੀਂ ਫਿਰ ਵੈਨਕੂਵਰ ਸੱਥ ਬਣਾਈ। ਓਕੇ। ਵੈਨਕੂਵਰ ਸੱਥ ਦੇ ਵਿੱਚ ਸੁਖਵੰਤ ਹੁੰਦਲ, ਸਾਧੂ ਬਿਨਿੰਗ, ਮੈਂ ਅਤੇ ਅਮਨਪਾਲ ਸਾਰਾ, ਸਰਵਣ ਬੋਲ, ਅਤੇ ਅਸੀਂ ਫਿਰ ਇਹਦੇ 'ਚ ਰਲ ਕੇ ਇਹ ਸੋਚਿਆ ਕਿ ਸਾਡੀ ਕਮਿਊਨਿਟੀ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆ ਇਹਦੇ ਬਾਰੇ ਵੀ ਸਾਨੂੰ ਕਮਿਊਨਿਟੀ 'ਚ ਕੰਮ ਕਰਨਾ ਚਾਹੀਦਾ। ਸੋ ਉਹਦੇ ਲਈ ਅਸੀਂ ਲੇਖਕ ਹੋਣ ਦੇ ਨਾਤੇ ਅਸੀਂ ਇਹ ਸੋਚਿਆ ਕਿ ਜਿਹੜੀਆਂ ਕਮਿਊਨਿਟੀ ਦੇ ਵਿੱਚ ਪ੍ਰੋਬਲਮਸ ਆ ਜੀ, ਉਹਦੇ ਵਿੱਚ ਵਰਕਿੰਗ ਕਲਾਸ ਦੀ ਆ, ਜਿਹੜੇ ਲੋਕ ਕੰਮ ਕਰਦੇ ਉਹਦੀ ਆ। ਰਾਈਟ। ਅਤੇ ਔਰਤਾਂ ਦੀ ਪ੍ਰੋਬਲਮ ਆ ਅਤੇ ਨਸਲਵਾਦ ਦੀ ਪ੍ਰੋਬਲਮ ਆ। ਠੀਕ। ਸੋ ਇਸ ਇਸ਼ੂ ਦੇ ਉੱਤੇ ਫਿਰ ਅਸੀਂ ਜਿਹੜੇ ਆ ਉਹ ਵੱਖ ਵੱਖ ਤਰੀਕੇ ਦੇ ਨਾਲ ਕਲਚਰ ਪ੍ਰੋਗਰਾਮ ਜਿਹੜੇ ਆ ਉਹਨਾਂ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਸੋ ਬਚਪਨ ਤੋਂ ਲੱਗੀ ਹੋਈ ਲਗਨ ਜਿਹੜੀ ਹੈ, ਇੱਥੇ ਆ ਕੇ ਵੀ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਕਮਿਊਨਿਟੀ ਦੇ ਇਸ਼ੂਜ਼ ਨਾਲ ਇਨਵੋਲਵ ਰਹੇ, ਬਟ ਫਾਈਨਲੀ ਜਿਹੜਾ ਮਮਤਾ ਫਾਊਂਡੇਸ਼ਨ ਆਫ ਕੈਨੇਡਾ ਜਿਹੜੀ ਕਾਇਮ ਕੀਤੀ ਗਈ, ਉਸ ਬਾਰੇ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਤੁਹਾਡੇ ਤੋਂ ਜਾਣਕਾਰੀ ਲੈਂਦੇ ਹਾਂ ਕਿ ਕਿਹੜੀ ਉਹ ਚੀਜ਼ ਨੇ ਤੁਹਾਨੂੰ ਮੋਟੀਵੇਟ ਕੀਤਾ। ਆਫਕੋਰਸ ਸੋਸ਼ਲ ਇਲਸ ਜਿਹੜੇ ਤੁਸੀਂ ਕਮਿਊਨਿਟੀਜ਼ ਦੇਖ ਰਹੇ ਸੀ, ਪਰ ਭਾਰਤ ਵਿੱਚ ਜਾ ਕੇ ਹੀ ਉਹ ਬੱਚਿਆਂ ਨੂੰ ਹੀ ਤੁਸੀਂ ਚੁਣਿਆ, ਹੋਰ ਵੀ ਕਈ ਕੁਝ ਭਾਰਤ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਕੰਮ ਕਰਨ ਵਾਲੀ ਲੋੜ ਹੈਗੀ ਹੈ, ਪਰ ਇਹ ਕੀ ਸੀ ਚੀਜ਼ ਜਿਸ ਨੇ ਕਿ ਤੁਹਾਨੂੰ ਪ੍ਰੇਰਿਤ ਕੀਤਾ? ਜਾਣਕਾਰੀ ਲੈਂਦੇ ਹਾਂ ਇਸ ਬ੍ਰੇਕ ਤੋਂ ਬਾਅਦ। They've always been there for me. From getting my dream car to celebrating life's special moments, always bringing us joy. And now my loved ones can make them a part of their life story. Family is what you make, and they are a part of mine. Basant Motors. ਚੰਗੇ ਵਿਚਾਰ ਅਤੇ ਚੰਗੀ ਸੰਗਤ ਇੱਕ ਇਨਸਾਨ ਨੂੰ ਉਤਾਰ ਸਕਦੀ ਹੈ, ਉਸਦਾ ਹੀ ਇੱਕ ਮਿਸਾਲ ਸਾਡੇ ਕੋਲ ਅੱਜ ਆਏ ਹੋਏ ਨੇ ਸਟੂਡੀਓ ਦੇ ਵਿੱਚ, ਮੱਖਣ ਤੁੱਟ, ਜਿਹਨਾਂ ਨੇ ਕਿ ਬਚਪਨ ਵਿੱਚ ਹੀ ਐਸੇ ਕੰਮਾਂ ਨਾਲ ਆਪਣੇ ਆਪ ਨੂੰ ਜੋੜ ਲਿਆ ਜਿਹਦੇ ਨਾਲ ਕਿ ਕਮਿਊਨਿਟੀ ਦੇ ਵਿੱਚ ਕੋਈ ਸੁਧਾਰ ਲਿਆਂਦਾ ਜਾਵੇ। ਸੋ ਫਾਈਨਲੀ ਮਮਤਾ ਫਾਊਂਡੇਸ਼ਨ ਆਫ ਕੈਨੇਡਾ ਜੋ ਕਾਇਮ ਕੀਤੀ ਗਈ, ਉਸ ਪਿੱਛੇ ਕੀ ਕੁਝ ਹੋਇਆ ਸੀ ਅਤੇ ਅੱਜ ਇਸ ਸੰਸਥਾ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਉਸ ਬਾਰੇ ਵੀ ਅੱਜ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਸੋ ਇਹ ਚੱਲਦਾ ਰਿਹਾ ਜੀ ਸਫ਼ਰ, ਕਮਿਊਨਿਟੀ ਦੇ ਵਿੱਚ ਇਨਵੋਲਵਮੈਂਟ ਚੱਲਦੀ ਰਹੀ, ਕੋਈ ਨਾ ਕੋਈ ਇਸ਼ੂ ਦੇ ਵਿੱਚ ਤੁਸੀਂ ਰਹੇ, ਲੇਕਿਨ ਜਿਹੜਾ ਇਹ ਐਂਗਲ ਸੀ ਇਸ ਦੇ ਵਿੱਚ ਤੁਸੀਂ ਕਿਵੇਂ ਇਨਵੋਲਵ ਹੋਏ, ਬ੍ਰੀਫਲੀ ਸਾਨੂੰ ਇਸ ਦੇ ਬਾਰੇ ਦੱਸੋ ਅਤੇ ਇਸ ਦੇ ਨਾਲ ਕਿਸ ਤਰ੍ਹਾਂ ਜੋ ਕੁਝ ਤੁਸੀਂ ਕੰਮ ਕਰ ਚੁੱਕੇ ਹੋ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। ਹਾਂਜੀ, ਪਹਿਲਾਂ ਤਾਂ ਜੇ ਆਪਾਂ ਸੋਚੀਏ ਵੀ ਆਪਣੀ ਕਮਿਊਨਿਟੀ 'ਚ ਜਿਹੜੀਆਂ ਪ੍ਰੋਬਲਮਸ ਆ ਜੀ, ਉਹਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੀਆਂ ਵੀ ਪ੍ਰੋਬਲਮਸ ਆ, ਉਹਦੇ 'ਚ ਜਿਹੜੇ ਬਜ਼ੁਰਗ ਆ ਉਹਨਾਂ ਦੀ ਵੀ ਪ੍ਰੋਬਲਮਸ ਆ। ਰਾਈਟ। ਹੁਣ ਆਪਾਂ ਨੂੰ ਬੱਚਿਆਂ ਦੀ ਵੀ ਪ੍ਰੋਬਲਮਸ ਆ ਰਹੀ ਆ, ਉਹਦੇ 'ਚ ਡਰੱਗ ਦੇ ਇਸ਼ੂ ਆ, ਚਾਹੇ ਬੱਚਿਆਂ ਦੀ ਪ੍ਰੋਬਲਮਸ ਆ। ਰਾਈਟ। ਇਹਦੇ ਵਿੱਚ ਔਰਤਾਂ ਦੇ ਇਸ਼ੂ ਦੇ ਉੱਤੇ ਜਿਹੜੀ ਪ੍ਰੋਬਲਮ ਆ ਉਹ ਅੱਜ ਤਾਈਂ ਮੁੱਖ ਤੌਰ ਦੇ ਉੱਤੇ ਰਹੀ ਆ। ਰਾਈਟ। ਜੇ ਜਦੋਂ ਅਸੀਂ ਆਏ ਸੀ, ਮੈਂ ਆਇਆ ਸੀ ਜੇ, ਉਦੋਂ ਦੇਖੀਏ ਉਦੋਂ ਨਸਲਵਾਦ ਦਾ ਸ਼ਿਕਾਰ ਵੀ ਬੰਦਿਆਂ ਨਾਲੋਂ ਔਰਤਾਂ ਜ਼ਿਆਦਾ ਹੁੰਦੀਆਂ ਸੀ, ਕਿਉਂਕਿ ਬੰਦੇ ਇੱਥੇ ਆ ਕੇ ਮਜੋਰਟੀ ਜਿਹੜੇ ਆਪਣੇ ਆ, ਜਾਂ ਤਾਂ ਅਸੀਂ ਫਿਰ ਡਰੈਸ ਵੀ ਗੋਰਿਆਂ ਵਾਂਗੂ ਲਾਪੇ ਪਾਉਣ, ਕੋਟ ਪੈਂਟ ਵਗੈਰਾ ਪਾ ਲੈਣੇ, ਅਤੇ ਜਿਹੜੀਆਂ ਔਰਤਾਂ ਸੀ ਉਹ ਜ਼ਿਆਦਾ ਤੌਰ 'ਤੇ ਆਪਣਾ ਜਿਹੜਾ ਕਮੀਜ਼, ਸਲਵਾਰ ਜਾਂ ਹੋਰ ਕੱਪੜੇ ਪਾਉਣੇ, ਅਤੇ ਜਾਂ ਜਿਹੜੀਆਂ ਘੱਟ ਪੜ੍ਹੀਆਂ ਲਿਖੀਆਂ ਵੀ ਔਰਤਾਂ ਵੀ ਨਸਲਵਾਦ ਦਾ ਸ਼ਿਕਾਰ ਹੁੰਦੀਆਂ ਸੀ।
ਦੂਸਰਾ ਘਰੇਲੂ ਹਿੰਸਾ ਜਿਹੜਾ ਉਹਦਾ ਔਰਤਾਂ ਦੇ ਉੱਤੇ ਬਹੁਤ ਜ਼ਿਆਦਾ ਸ਼ਿਕਾਰ ਸੀ ਉਹਨਾਂ ਦਿਨਾਂ ਦੇ ਵਿੱਚ ਵੀ। ਸੋ ਉਹਦੇ ਵਿੱਚ ਆਪਾਂ ਹੁਣ ਤਾਂ ਹੀ ਦੇਖੀਏ ਆਪਣੀ ਕਮਿਊਨਿਟੀ ਦੇ ਵਿੱਚ ਇੱਕ ਜਿਹੜਾ ਕਲਚਰ ਦਾ ਜਿਹੜਾ ਵੱਡਾ ਗਲਤ ਪਾਰਟ ਆ ਉਹਦੇ ਵਿੱਚ ਆਪਾਂ ਦੇਖੀਏ ਤਾਂ ਇੱਕ ਬਹੁਤ ਪਾਰਟ ਰਿਹਾ ਹਿੰਦੁਸਤਾਨ 'ਚ ਵੀ ਇੱਥੇ ਵੀ, ਉਹ ਹੈ ਫੈਮਿਲੀ ਤੌਰ 'ਤੇ ਔਰਤਾਂ ਦੇ ਅਗੇਂਸਟ ਜਿਹੜੀ ਵਾਇਲੈਂਸ ਆ ਅਤੇ ਭਰੂਣ ਹੱਤਿਆ। ਉਹਨਾਂ ਦਿਨਾਂ ਦੇ ਵਿੱਚ ਜੇ ਅਸੀਂ 1980ਆਂ ਦੇ ਵਿੱਚ ਦੇਖੀਏ ਉਹਨਾਂ ਦੇ ਵਿੱਚ ਜਿਹੜਾ ਮੁੰਡਾ ਲੈਣ ਲਈ ਕੁੜੀ ਦਾ ਜਨਮਣ ਤੋਂ ਪਹਿਲਾਂ ਜਿਹੜਾ ਅਬੋਰਸ਼ਨ ਦਾ ਸਿਸਟਮ ਹੈ ਇਕੱਲੇ ਇੰਡੀਆ 'ਚ ਨਹੀਂ ਕੈਨੇਡਾ ਦੇ ਵਿੱਚ ਵੀ ਬਹੁਤ ਭਾਰੂ ਸੀ। ਉਹਨਾਂ ਦਿਨਾਂ ਦੇ ਵਿੱਚ ਜਿੱਥੇ ਜਿਹੜੀ ਔਰਤਾਂ ਦੀ ਔਰਗੇਨਾਈਜੇਸ਼ਨ ਸੀ ਉਹ ਇੰਡੀਆ ਮਹਿਲਾ ਐਸੋਸੀਏਸ਼ਨ ਸੀ, ਉਹਦੇ ਵਿੱਚ ਜਿਹੜੀਆਂ ਔਰਤਾਂ ਸੀ ਉਹ ਇਸ ਦੇ ਖਿਲਾਫ ਲੜਾਈ ਕਰਦੀਆਂ ਸੀ, ਕਿਉਂਕਿ ਕ੍ਰੋਸ ਦਾ ਬਾਰਡਰ ਬਲੇਨ ਦੇ ਵਿੱਚ ਉੱਥੇ ਇੱਕ ਡਾਕਟਰ ਸੀ ਜਿਹੜਾ ਕਿ ਸਕੈਨ ਕਰਦਾ ਸੀ ਔਰ ਉਹਦੀ ਐਡ ਜਿਹੜੀ ਆ ਇੱਥੇ ਦੇ ਨਿਊਜ਼ ਪੇਪਰ ਪੰਜਾਬੀ ਦੇ ਵਿੱਚ ਆਉਂਦੀ ਸੀ ਔਰ ਇੱਥੋਂ ਔਰਤਾਂ ਅਬੋਰਸ਼ਨ ਕਰਾਉਣ ਲਈ ਉੱਥੇ ਜਾਂਦੀਆਂ ਸੀ ਜਾਂ ਲਿਜਾਇਆ ਜਾਂਦੀਆਂ ਸੀ ਉਹਨਾਂ ਨੂੰ ਜਿਹੜੇ ਉਹਦੇ ਇਨਲਾਜ਼ ਆ ਉਹਨਾਂ ਵੱਲੋਂ ਫੋਰਸ ਕਰਕੇ ਕਿ ਮੁੰਡਾ ਚਾਹੀਦਾ ਸਾਨੂੰ। ਸੋ ਉਹਦੇ ਖਿਲਾਫ਼ ਜਿਹੜੀ ਇੱਥੇ ਲੜਾਈ ਆ ਉਹਦੇ ਉਹ ਬੜੀ ਤਕੜੀ ਇੱਥੇ ਦੀ ਔਰਤਾਂ ਦੀਆਂ ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਕੀਤੀ ਉਹਦੇ ਵਿੱਚ ਅਸੀਂ ਜਿਹੜੇ ਇਸ ਚੀਜ਼ ਨੂੰ ਅੰਡਰਸਟੈਂਡ ਕਰਨ ਵਾਲੇ ਕਮਿਊਨਿਟੀ ਦੇ ਵਿੱਚ ਵੀ ਕੁਛ ਲੋਕ ਸੀ ਅਸੀਂ ਵੀ ਉਹਨਾਂ ਦਾ ਸਾਥ ਦਿੱਤਾ। ਇਸ ਦੇ ਤੌਰ ਦੇ ਉੱਤੇ ਜਦੋਂ ਅਸੀਂ ਵੈਨਕੂਵਰ 7 ਬਣਾਈ ਉਹਦੇ ਵਿੱਚ ਆ ਕੇ ਫਿਰ ਅਸੀਂ ਇਹਦੇ ਉੱਤੇ ਪਲੇ ਵੀ ਕੀਤੇ ਔਰਤਾਂ ਦੇ ਇਸ਼ੂ ਦੇ ਉੱਤੇ ਵੀ ਕੀਤੇ, ਪਰ ਇਹਨੂੰ ਮੋਰ ਜਿਹੜਾ ਇਸ ਚੀਜ਼ ਨੂੰ ਇੰਸਪਾਇਰ ਮੈਨੂੰ ਕੀਤਾ ਉਹ ਸੀ ਜਦੋਂ ਅਸੀਂ ਭਰੂਣ ਹੱਤਿਆ ਦਾ ਇਹ ਜਿਹੜਾ ਇਸ਼ੂ ਆ ਇੰਡੀਆ ਦੇ ਵਿੱਚ ਬਹੁਤ ਭਾਰੂ ਹੋ ਗਿਆ, ਫਿਰ ਇਹ ਪਤਾ ਲੱਗਾ ਕਿ ਜਿਹੜੀਆਂ ਕੁੜੀਆਂ ਅਬੰਡਨ ਕੀਤੀਆਂ ਜਾਂਦੀਆਂ ਉਹਨਾਂ ਨੂੰ ਕਿਸ ਤਰ੍ਹਾਂ ਸੁੱਟਿਆ ਜਾਂਦਾ ਉਹ ਮਨ ਨੂੰ ਬਹੁਤ ਠੇਸ ਲੱਗੀ ਕਿ ਉੱਥੇ ਉਹਨਾਂ ਦੀ ਮਦਦ ਨਹੀਂ ਹੋ ਰਹੀ। ਉਹਦੇ 'ਚ ਫਿਰ ਅਸੀਂ ਇਹ ਫੀਲ ਕੀਤਾ ਕਿ ਇੱਥੇ ਅਤੇ ਉੱਥੇ ਦੋ ਜਿਹੜੇ ਕੰਟਰੀ ਆ ਦੋਨਾਂ ਦੇ ਵਿੱਚ ਇਹ ਜਿਹੜੀ ਪ੍ਰੋਬਲਮ ਆ ਔਰਤਾਂ ਦੇ ਇਸ਼ੂ ਦੀ ਇਹਦੇ 'ਤੇ ਫਾਈਟ ਕਰਨੀ ਚਾਹੀਦੀ ਆ। ਸੋ ਉਹਦੇ 'ਚ ਅਸੀਂ ਦੋ ਇੱਥੇ ਵੀ ਕੀਤੀ ਉੱਥੇ ਵੀ ਕੀਤੀ। ਹੁਣ ਜੇ ਉੱਥੇ ਅਸੀਂ ਪਹਿਲਾਂ ਜਨੀਕ ਹੋਮ ਚੁਣਿਆ ਕਿ ਜਨੀਕ ਹੋਮ ਜਲੰਧਰ ਦੇ ਵਿੱਚ ਉਹ ਜਿਹੜੀਆਂ ਬੱਚੀਆਂ ਐਟਲੀਸਟ ਜਿੱਥੇ ਉਹ ਕਿਰਾਏ 'ਤੇ ਰਹਿੰਦੀਆਂ ਉਹਨਾਂ ਦੇ ਕੋਲ ਸੌਣ ਲਈ ਥੱਲੇ ਮੈਟ ਸੁੱਟਦੀਆਂ ਉੱਥੇ ਹੀ ਰਾਤ ਨੂੰ ਸੌਂ ਜਾਂਦੀਆਂ ਉੱਥੇ ਹੀ ਉਹ ਮੈਟ ਖੜ੍ਹੇ ਕਰਕੇ ਪੜ੍ਹਦੀਆਂ ਅਤੇ ਇਹਨਾਂ ਨੂੰ ਕੁਛ ਬਣਾ ਕੇ ਦਿੱਤਾ ਜਾਵੇ। ਠੀਕ ਇੱਧਰਲੇ ਬੰਨੇ ਇਹਦੇ ਲਈ ਫਿਰ ਅਸੀਂ ਆ ਕੇ ਮਮਤਾ ਫਾਊਂਡੇਸ਼ਨ ਆਫ ਕੈਨੇਡਾ ਦੀ ਜਿਹੜੀ ਸਥਾਪਨਾ ਵਾ ਉਹ 2009 ਦੇ ਵਿੱਚ ਐਂਡ ਦੇ ਵਿੱਚ ਕੀਤੀ ਅਤੇ ਪਹਿਲਾ ਫੰਕਸ਼ਨ ਜਿਹੜਾ ਇਹਦਾ 2010 ਦੇ ਵਿੱਚ ਅਸੀਂ ਕੀਤਾ। ਇਹਦੇ ਜਦੋਂ ਇਹ ਅਸੀਂ ਸ਼ੁਰੂ ਕੀਤਾ ਅਤੇ ਉਦੋਂ ਸਾਡੇ ਵਿੱਚ ਇਹ ਆਇਆ ਕਿ ਸਾਡੀ ਜਿਹੜੀ ਇੱਥੇ ਕਮਿਊਨਿਟੀ ਆ ਕੀ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਹਾਂ ਜਾਂ ਸਾਡੇ ਵੀ ਇਹ ਕਮਿਊਨਿਟੀ ਦੇ ਵਿੱਚ ਇੱਥੇ ਲੜਕੀ ਲੜਕੇ ਦਾ ਇਸ਼ੂ ਹੈ ਨਹੀਂ ਗਾ ਜਾਂ ਹੈ। ਸੋ ਉਹਦੇ 'ਤੇ ਆਪਾਂ ਦੇਖੀਏ ਤਾਂ ਸਾਡੀ ਕਮਿਊਨਿਟੀ ਦੇ ਵਿੱਚ ਇਹ ਅਜੇ ਵੀ ਬੜਾ ਤਕੜਾ ਇਸ਼ੂ ਆ ਜਿਹਦੇ ਵਿੱਚ ਹੁਣੇ ਇੱਕ ਕੇਸ ਓਨਰ ਕਿਲਿੰਗ ਦਾ ਹੋਇਆ ਜਿਹੜਾ ਇੱਥੋਂ ਦੀ ਜੰਮੀ ਪਲੀ ਬੱਚੀ ਦਾ ਇੰਡੀਆ ਜਾ ਕੇ ਕਤਲ ਕੀਤਾ ਗਿਆ। ਇੱਥੇ ਵੀ ਜਿਹੜੀਆਂ ਵੱਖੋ ਵੱਖਰੇ ਤੌਰ 'ਤੇ ਜੇ ਆਪਾਂ ਔਰਤਾਂ ਦਾ ਇੱਥੇ ਸਿਚੁਏਸ਼ਨ ਦੇਖੀਏ ਤਾਂ ਜਿਹਨਾਂ ਦੇ ਨਾਲ ਹੈਪਨ ਹੁੰਦਾ ਉਹਨਾਂ ਨੂੰ ਪਤਾ ਨਹੀਂ ਤਾਂ ਇਹ ਇੱਕ ਕਮਿਊਨਿਟੀ ਦੇ ਵਿੱਚ ਇੱਕ ਲਿੱਡ ਆ ਭਾਫ਼ ਦੇ ਉੱਤੇ ਰੱਖੀ ਕਿ ਜਿਹੜੀ ਜਦੋਂ ਤਾਂ ਚੁੱਕੀ ਗਈ ਉਦੋਂ ਨਿਕਲਦੀ ਅਤੇ ਭਾਫ਼ ਦਿਸਦੀ ਤੁਹਾਨੂੰ ਬਿਲਕੁਲ। ਸੋ ਉਹਦੇ ਵਿੱਚ ਇੱਥੇ ਪਿਕਸ ਸੈਟੀ ਵੱਲੋਂ ਜਿਹੜੀਆਂ ਆਪਣੀ ਔਰਤਾਂ ਦੇ ਉੱਤੇ ਤਸ਼ੱਦਦ ਹੁੰਦਾ ਸੀ ਉਹਦੇ ਬਾਰੇ ਇਸ਼ੂ ਉਠਾਇਆ ਗਿਆ। ਉਹਦੇ 'ਚ ਇਸ਼ੂ ਇਹ ਸੀ ਕਿ ਬਹੁਤ ਸਾਰੀਆਂ ਆਪਣੀਆਂ ਜਿਹੜੀ ਲੇਡੀਜ਼ ਆ ਉਹਨਾਂ ਨਾਲ ਜਦੋਂ ਫੈਮਿਲੀ ਦੇ ਵਿੱਚ ਵਾਇਲੈਂਸ ਹੁੰਦੀ ਆ ਉਹਨਾਂ ਨੂੰ ਘਰੋਂ ਕੱਢ ਦਿੱਤਾ ਜਾਂਦਾ, ਬੱਚਿਆਂ ਦੇ ਨਾਲ ਉਹ ਕਿੱਥੇ ਜਾਣ, ਉਹਨਾਂ ਦੀ ਲੈਂਗੁਏਜ ਉਹਨਾਂ ਦੀ ਖਾਣੇ ਪੀਣੇ ਦੀ ਕਲਚਰ ਦੀ ਜਿਹੜੀ ਪ੍ਰੋਬਲਮ ਸੀ ਸਮਝਣ ਦੀ ਇੱਥੇ ਦੇ ਕਲਚਰ ਦੇ ਵਿੱਚ ਵਿਚਰ ਲਈ ਉਹ ਕੋਈ ਉਹਨਾਂ ਕੋਲ ਸਥਾਨ ਹੈ ਨਹੀਂ ਸੀ। ਰਾਈਟ, ਸੋ ਇਹਨਾਂ ਚੀਜ਼ਾਂ ਤੋਂ ਤੁਸੀਂ ਵਾਕਫ ਸੀ, ਜੁੜ ਕੇ ਕੋਸ਼ਿਸ਼ ਕੀਤੀ ਕਿ ਇਸ ਦੇ ਖਿਲਾਫ਼ ਆਵਾਜ਼ ਜਿਹੜੀ ਬੁਲੰਦ ਕੀਤੀ ਜਾਵੇ ਅਤੇ ਉਸ ਦੇ ਫਲਸਰੂਪ ਹੀ ਮਮਤਾ ਫਾਊਂਡੇਸ਼ਨ ਆਫ ਕੈਨੇਡਾ ਨੇ ਹੁਣ ਤੱਕ $1 million ਤੋਂ ਵੱਧ ਤੁਸੀਂ 3 ਸੰਸਥਾਵਾਂ ਜਿਹੜੀਆਂ ਪੰਜਾਬ ਵਿੱਚ ਤੁਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਹੋ ਅਤੇ ਇਹ ਵੀ ਕੰਟੀਨਿਊਸ ਸਫ਼ਰ ਰਹੇਗਾ। ਲੈਣੇ ਇੱਕ ਬ੍ਰੇਕ ਵਾਪਸ ਆਉਣੇ ਅਤੇ ਕੁਝ ਹੋਰ ਜਾਣਕਾਰੀ ਲੈਣੇ, ਕਿਹੜੀ ਉਹ ਚੀਜ਼ ਤੁਹਾਨੂੰ ਡਰਾਈਵ ਕਰਦੀ ਹੈ? ਕਿਉਂਕਿ ਜਿਸ ਤਰ੍ਹਾਂ ਇੱਕ ਸਮਾਂ ਹੁੰਦਾ ਹਰ ਇੱਕ ਕੋਈ ਚਾਹੁੰਦਾ ਕੁਝ ਨਾ ਕੁਝ ਕਮਿਊਨਿਟੀ ਵਿੱਚ ਕੰਮ ਕਰੇ, ਪਰ ਇਹ ਲਗਨ ਜਿਹੜੀ ਬਚਪਨ ਤੋਂ ਪਈ ਸੀ ਪਰ ਇਸ ਨੂੰ ਜਿਹੜਾ ਤੁਸੀਂ ਇਸ ਨੂੰ ਹੀ ਆਪਣਾ ਜ਼ਿੰਦਗੀ ਦਾ ਇੱਕ ਮਿਸ਼ਨ ਬਣਾ ਕੇ ਅੱਗੇ ਚੱਲ ਪਏ, ਕਿਹੜੇ ਕਿਹੜੇ ਚੈਲੇਂਜਸ ਆਏ, ਕੀ ਕੁਝ ਤੁਹਾਨੂੰ ਇਸ਼ੂਜ਼ ਆਏ ਅਤੇ ਕਿਸ ਤਰੀਕੇ ਨਾਲ ਤੁਸੀਂ ਕਮਿਊਨਿਟੀ ਨੂੰ ਨਾਲ ਜੋੜਨ ਦੇ ਯਤਨ ਕਰਦੇ ਰਹੇ ਹੋ, ਇਸ ਬਾਰੇ ਗੱਲ ਕਰਨੀ ਇਸ ਬ੍ਰੇਕ ਤੋਂ ਬਾਅਦ। ਅੱਜ ਕੱਲ੍ਹ ਦੀ ਮਾਰਕੀਟ ਵਿੱਚ ਆਪਣੇ ਘਰ ਨੂੰ ਛੇਤੀ ਵੇਚਣ ਦੀ ਸੋਚ ਰਹੇ ਹੋ ਤਾਂ ਫਿਰ ਸਟੇਜਿੰਗ ਜ਼ਰੂਰ ਕਰਾ ਲਓ।
ਖਾਲੀ ਘਰ ਅਨਇਨਵਾਈਟਿੰਗ ਤੇ ਕੋਲਡ ਲੱਗਦਾ ਹੈ, ਜਦਕਿ ਸਟੇਜ ਕੀਤਾ ਹੋਇਆ ਘਰ ਵਾਰਮਥ ਕਲਰ ਤੇ ਖਾਲੀ ਜਗ੍ਹਾ ਨੂੰ ਵਧੀਆ ਬਣਾ ਦਿੰਦਾ ਹੈ। ਆਪਣੇ ਘਰ ਨੂੰ ਸੇਲ ਤੇ ਲਾਉਣ ਤੋਂ ਪਹਿਲਾਂ ਇੱਕ ਵਾਰ ਐਨ ਐਲੀਗੈਂਟ ਟੱਚ ਹੋਮ ਸਟੇਜਿੰਗ ਤੇ ਡਿਜ਼ਾਈਨ ਦੀ ਰੀਟਾ ਚੌਹਾਨ ਨਾਲ ਗੱਲ ਜ਼ਰੂਰ ਕਰ ਲਓ, ਤਾਂ ਕਿ ਉਹ ਆਪਣੇ ਸਕਿੱਲਸ ਤੇ ਐਕਸਪੀਰੀਅੰਸ ਨਾਲ ਤੁਹਾਡੇ ਘਰ ਨੂੰ ਟੌਪ ਡਾਲਰਸ ਵਿੱਚ ਵੇਚਣ ਵਿੱਚ ਤੁਹਾਡੀ ਮਦਦ ਕਰ ਸਕਣ। ਕਾਲ 6046576612 ਜਾਂ ਫਿਰ ਉਹਨਾਂ ਦੀ ਵੈਬਸਾਈਟ anelegantouch.ca ਤੇ ਜਾਓ। ਕਮਿਊਨਿਟੀ ਪ੍ਰੋਫਾਈਲ ਸੈਗਮੈਂਟ ਵਿੱਚ ਗੱਲਬਾਤ ਕਰ ਰਹੇ ਹਾਂ ਮੱਖਣ ਤੁੱਟ ਨਾਲ, ਜਿਹੜੇ ਸਾਡੇ ਮਹਿਮਾਨ ਨੇ ਮਮਤਾ ਫਾਊਂਡੇਸ਼ਨ ਆਫ ਕੈਨੇਡਾ ਨਾਲ ਜੁੜੇ ਹੋਏ ਇਹ ਜੋ ਕੰਮ ਕਰ ਰਹੇ ਨੇ ਅਤੇ ਇਸ ਦੇ ਫਲਸਰੂਪ 1 ਮਿਲੀਅਨ ਤੋਂ ਵੱਧ ਤੁਹਾਡੇ ਸਹਿਯੋਗ ਨਾਲ ਜੋ ਪੈਸਾ ਭੇਜਿਆ ਗਿਆ ਭਾਰਤ ਦੇ ਵਿੱਚ, ਕੀ ਕੁਝ ਉੱਥੇ ਕੰਮ ਹੋਏ ਨੇ ਅਤੇ ਨਾਲ ਅੱਗੇ ਫਰਦਰ ਕਿਸ ਤਰੀਕੇ ਨਾਲ ਇਸ ਮਿਸ਼ਨ ਨੂੰ ਅੱਗੇ ਚਲਾਉਣਾ ਚਾਹੁੰਦੇ ਨੇ, ਆਹ ਕੁਝ ਜਾਣਕਾਰੀ ਲੈਣੇ। ਸੋ ਬ੍ਰੇਕ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕੀਤੀ ਕਿ ਇੱਥੇ ਜਿਹੜੇ ਇਸ਼ੂ ਸਨ ਪਰ ਨਾਲ ਹੀ ਪੰਜਾਬ ਦੇ ਵਿੱਚ ਜਾ ਕੇ ਜੋ ਤੁਸੀਂ ਦੇਖਿਆ, ਕਿਹੜੀ ਚੀਜ਼ ਨੇ ਉੱਥੇ ਤੁਹਾਨੂੰ ਇਹ ਕੰਮ ਕਰਨ ਲਈ ਮੋਟੀਵੇਟ ਕੀਤਾ ਅਤੇ ਕਿਹੜੇ ਚੈਲੇਂਜਸ ਵਿੱਚੋਂ ਤੁਸੀਂ ਲੰਘੇ? ਕਿਉਂਕਿ ਅਲਟੀਮੇਟਲੀ ਹੁੰਦਾ ਹੈ ਬੰਦਾ ਜਾਂਦਾ ਕਿਸੇ ਚੀਜ਼ ਨੂੰ ਦੇਖ ਕੇ ਇੰਸਪਾਇਰ ਹੋ ਜਾਂਦਾ ਹੈ, ਆਪਣੇ ਵੱਲੋਂ ਚਲੋ ਕੋਈ ਸਪੋਰਟ ਕਰ ਆਇਆ ਅਤੇ ਗੱਲ ਮੁੱਕ ਜਾਂਦੀ ਹੈ, ਪਰ ਤੁਸੀਂ ਇਸ ਨੂੰ ਇੱਕ ਮੂਵਮੈਂਟ ਬਣਾ ਕੇ ਆਪਣਾ ਮਿਸ਼ਨ ਬਣਾ ਲਿਆ ਕਿ ਮੈਂ ਹੋਰ ਲੋਕਾਂ ਨੂੰ ਜੋੜ ਕੇ ਅਤੇ ਇਹ ਪ੍ਰੋਜੈਕਟਸ ਜਿਹੜੇ ਨੇ ਉਹਨਾਂ ਨੂੰ ਉੱਥੇ ਸਥਾਪਿਤ ਕਰਕੇ ਉਹ ਬੱਚਿਆਂ ਦੀ ਜ਼ਿੰਦਗੀ ਵਿੱਚ ਬਦਲਾ ਲਿਆਉਣਾ। ਜਦੋਂ ਇੱਥੇ ਆਪਣੀ ਫੈਮ ਕਮਿਊਨਿਟੀ ਦੇ ਵਿੱਚ ਵਾਇਲੈਂਸ ਦਾ ਇਸ਼ੂ ਆ ਗਿਆ ਅਤੇ ਉਹਨੂੰ ਅਸੀਂ ਉਭਾਰਿਆ ਜੀ, ਉਹਦੇ ਵਿੱਚ ਪਿਕਸ ਨੇ ਇੱਥੇ ਇਹ ਚੀਜ਼ ਸੋਚੀ ਕਿ ਜਿਹੜੀਆਂ ਆਪਣੀਆਂ ਔਰਤਾਂ 'ਤੇ ਤਸ਼ੱਦਦ ਹੁੰਦਾ ਜਦੋਂ ਉਹ ਬਾਹਰ ਜਾਂਦੀਆਂ, ਉਹਨਾਂ ਨੂੰ ਲੈਂਗੁਏਜ ਪ੍ਰੋਬਲਮ ਆ, ਉਹਨਾਂ ਦੇ ਕਲਚਰ ਪ੍ਰੋਬਲਮ ਆ, ਉਹਨਾਂ ਨੇ ਹਾਰਮਨੀ ਹਾਊਸ ਬਣਿਆ ਰਾਈਟ ਬਣਾਇਆ। ਸੋ ਉਹਦੇ ਵਿੱਚ ਅਸੀਂ ਇਹਦੇ ਵਿੱਚ ਫਾਊਂਡੇਸ਼ਨ ਤੱਕ ਉਹਨਾਂ ਨੇ ਅਪਰੋਚ ਕੀਤੀ ਕਿ ਤੁਸੀਂ ਲੇਡੀਜ਼ ਦੇ ਇਸ਼ੂ ਬੱਚੀਆਂ ਦੇ ਉਠਾਉਣੇ, ਤੁਸੀਂ ਕੀ ਕਰੋਗੇ? ਸੋ ਅਸੀਂ ਉਹਦੇ ਲਈ ਫੰਡ ਰੇਜ਼ ਕੀਤੇ ਜੀ, ਅਸੀਂ ਲੋਕਾਂ ਕੋਲ ਗਏ ਔਰ ਉਹਦੇ ਲਈ ਫੰਡ ਜਦੋਂ ਰੇਜ਼ ਕੀਤੇ, ਉਹਦੇ 'ਚ ਕਮਿਊਨਿਟੀ 'ਚੋਂ ਸਾਨੂੰ ਕੁਐਸਚਨ ਆਏ ਕਿ ਅਸੀਂ ਇਹ ਜਿਹੜਾ ਇੱਕ ਇਸ਼ੂ ਆ ਉਹਦੇ ਲਈ ਇੱਕ ਹਾਰਮਨੀ ਹਾਊਸ ਜਿਹੜਾ ਬਣ ਰਿਹਾ ਉਹਦੀ ਹੈਲਪ ਕਰਕੇ ਇਹਨੂੰ ਹੋਰ ਬੜਾਵਾ ਦੇਵਾਂਗੇ ਕਿ ਕਮਿਊਨਿਟੀ 'ਚ ਔਰਤਾਂ ਨੂੰ ਪਤਾ ਲੱਗ ਜਾਏ ਕਿ ਜੇ ਉਹ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਉਹ ਬਾਹਰ ਚਲੇ ਜਾਣ। ਅਤੇ ਉਹਦੇ ਵਿੱਚ ਫਿਰ ਅਸੀਂ ਇਹ ਇਸ਼ੂ ਰੱਖਿਆ ਕਿ ਇਹ ਉਹ ਕੋਈ ਗੁਲਾਮ ਤਾਂ ਨਹੀਂ ਵੀ ਉਹਨਾਂ ਨੂੰ ਅੰਦਰੇ ਕੁੱਟੀ ਜਾਓ ਤੁਸੀਂ, ਗੱਲ ਹੈ ਉਹ 'ਚ ਸੁਧਾਰ ਲਿਆਉਣ ਦੀ ਕਿ ਇੱਥੇ ਹਾਰਮਨੀ ਹਾਊਸ ਦੀ ਲੋੜ ਨਾ ਪਵੇ। ਸੋ ਉਹਦੇ ਲਈ ਅਸੀਂ ਇੱਕ ਤਾਂ ਇਹ ਕੀਤਾ, 2013 ਦੇ ਵਿੱਚ ਯੂਨਾਈਟਿਡ ਨੇਸ਼ਨ ਨੇ ਇਹ ਅਨਾਊਂਸ ਕੀਤਾ ਕਿ ਇੰਟਰਨੈਸ਼ਨਲ ਗਰਲ ਡੇ ਹਰ ਸਾਲ ਮਨਾਇਆ ਜਾਵੇ ਰਾਈਟ। ਸੋ ਅਸੀਂ ਇਹ ਇਸ਼ੂ ਆਪਣੀ ਕਮਿਊਨਿਟੀ ਦੇ ਵਿੱਚ ਲਿਆਂਦਾ ਕਿ UNO ਨੇ ਮਨਾਇਆ, ਇਹ ਬਣਾਇਆ ਦਿਨ ਕਿ ਹਰ ਸਾਲ ਜਿਹੜਾ ਇੰਟਰਨੈਸ਼ਨਲ ਗਰਲ ਡੇ ਬਣਾਇਆ ਜਾਵੇ ਤਾਂ ਆਪਣੀ ਕਮਿਊਨਿਟੀ ਦੇ ਵਿੱਚ, ਤੁਹਾਨੂੰ ਪਤਾ ਕਿ ਜਿਹੜੇ ਮੁੰਡੇ ਐਥਲੀਟ ਜਾਂਦੇ ਆ ਜਾਂ ਆਪਣੇ ਰੈਸਲਿੰਗ 'ਚ ਜਾਂਦੇ ਆ ਹੋਰ ਜਾਂਦੇ ਆ, ਅਸੀਂ ਨਿਊਜ਼ ਦੇ ਵਿੱਚ ਉਹਨੂੰ ਲਿਆਉਂਦੇ ਹਾਂ ਕਿ ਇੱਦਾਂ ਹੋ ਗਿਆ, ਜਿਹੜੀਆਂ ਕੁੜੀਆਂ ਅੱਜ ਤਾਈਂ ਆਉਂਦੀਆਂ ਕਿਸੇ ਨੂੰ ਪਤਾ। ਸੋ ਅਸੀਂ ਫਸਟ ਟਾਈਮ ਇਹ ਜਿਹੜਾ ਡੈਲਟਾ ਸੈਕੰਡਰੀ ਸਕੂਲ ਦੇ ਵਿੱਚ ਇੰਟਰਨੈਸ਼ਨਲ ਗਰਲ ਡੇ ਮਨਾਇਆ 2013 ਦੇ ਵਿੱਚ, ਉੱਥੇ ਅਸੀਂ 4 ਫੀਲਡ ਚੁਣੇ, ਉਹਦੇ ਵਿੱਚ ਆਪਣੀਆਂ ਅਥਲੈਟਿਕ ਕੁੜੀਆਂ ਜਿਹੜੀਆਂ, ਉਹ ਕਿਸੇ ਨੂੰ ਨਹੀਂ ਸੀ ਪਤਾ, ਆਮ ਲੋਕਾਂ ਨੂੰ ਮਜੋਰਟੀ ਕਮਿਊਨਿਟੀ ਨੂੰ ਨਹੀਂ ਸੀ ਪਤਾ ਕਿ ਆਪਣੀਆਂ ਕੁੜੀਆਂ ਜਿਹੜੀਆਂ ਉਹ ਵੇਟ ਲਿਫਟਿੰਗ ਦੇ ਵਿੱਚ ਕੈਨੇਡਾ ਦਾ ਵਰਲਡ ਕੱਪ ਜਿੱਤ ਕੇ ਲਿਆਈਆਂ, ਉਹਦੇ ਵਿੱਚ ਟਰੈਕ ਐਂਡ ਫੀਲਡ 'ਚ ਆਪਣੀਆਂ ਕੁੜੀਆਂ ਹੈਗੀਆਂ, ਉਹਦੇ 'ਚ ਮਿਊਜ਼ਿਕ 'ਚ ਟੋਰਾਂਟੋ ਤੋਂ ਕੁੜੀ ਆ ਜਿਹਨੇ ਆਪਣੇ ਸਿੱਖੀਆਂ, ਇੱਥੇ ਸੋਸ਼ਲ ਕੰਮਾਂ 'ਚ ਕੁੜੀਆਂ, ਇੱਕ ਕੁੜੀ ਆਪਣੀ ਇੱਥੇ ਪੰਜਾਬੀ ਪੜ੍ਹਾਉਂਦੀ ਆ, ਉਹ ਪੰਜਾਬ ਯੂਨੀਵਰਸਿਟੀ 'ਚ ਇੱਥੋਂ ਜੰਮ ਕੇ ਜਾ ਕੇ ਉੱਥੇ ਪੜ੍ਹ ਕੇ ਜਾ ਕੇ ਆ ਕੇ ਟੀਚਰ ਲੱਗੀ ਆ। ਸੋ ਇਹ 4 ਫੀਲਡ ਜਿਹੜੇ ਅਸੀਂ ਆ, ਮਿਊਜ਼ਿਕ, ਐਜੂਕੇਸ਼ਨ, ਸੋਸ਼ਲ ਸਰਵਿਸਿਜ਼ ਅਤੇ ਸਪੋਰਟਸ ਰੱਖੇ, ਇਹਨਾਂ 'ਚ 4 ਦੇ ਵਿੱਚ ਹੀ ਜਿਹੜੀਆਂ ਵਿਨਰ ਕੁੜੀਆਂ ਸੀ ਉਹ ਲਿਆ ਕੇ ਉਹਨਾਂ ਨੂੰ ਸਟੇਜ ਦੇ ਉੱਤੋਂ ਲੜਕੀਆਂ ਦੇ ਇਸ਼ੂ 'ਤੇ ਡਰਾਮਾ ਖੇਡਿਆ ਅਤੇ ਇਹ ਕੁੜੀਆਂ ਨੂੰ ਇੱਥੇ ਲਾਇਆ ਇਸ ਇਸ਼ੂ ਦੇ ਉੱਤੇ। ਸੋ ਇਹ ਅਸੀਂ ਕੰਮ ਇੱਥੇ ਲੋਕਲੀ ਜਿਹੜਾ ਕੀਤਾ ਰਾਈਟ, ਉਹ ਤਾਂ ਚੱਲਦਾ ਰਿਹਾ, ਪਰ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਚੁਣਿਆ ਇਹ ਕੰਮ ਕਰਨ ਨੂੰ, ਤਾਂ ਉਹਦੇ ਜਿਹੜੇ ਚੈਲੇਂਜਸ ਲੋਕਾਂ ਕੋਲ ਜਾ ਕੇ ਪੈਸੇ ਮੰਗਣੇ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਕੋਈ ਬੰਦਾ ਜਾਂਦਾ ਕਿਸੇ ਚੀਜ਼ ਤੋਂ ਇੰਸਪਾਇਰ ਹੋ ਕੇ ਕੁਝ ਮਾਇਆ ਦੇ ਕੇ ਸਮਝਦਾ ਕਿ ਮੇਰਾ ਕੰਮ ਖਤਮ ਹੋ ਗਿਆ, ਪਰ ਤੁਸੀਂ ਇਸ ਨੂੰ ਆਪਣਾ ਮਿਸ਼ਨ ਬਣਾ ਕੇ ਇਸੇ ਨੂੰ ਹੁਣ ਫੋਕਸ ਜਿਹੜਾ ਕਰਦੇ ਹੋ, ਇਹਦੇ ਪਿੱਛੇ ਕੀ ਹੋਇਆ? 2 ਗੱਲਾਂ ਜੀ, ਇੱਕ ਗੱਲ ਤਾਂ ਇਹ ਆ ਕਿ ਜਦੋਂ ਕੋਈ ਔਰਗੇਨਾਈਜੇਸ਼ਨ ਤੁਸੀਂ ਚੈਰਿਟੀ ਦੀ ਸ਼ੁਰੂ ਕਰਦੇ ਆ ਰਾਈਟ, ਅਤੇ ਤੁਹਾਨੂੰ ਉਹਦੇ 'ਚ ਇਹ ਦੱਸਣਾ ਪੈਂਦਾ ਕਿ ਇਹ ਤੁਸੀਂ ਕੀ ਕੰਮ ਕਰਨਾ, ਬਿਲਕੁਲ, ਉਹਦੇ ਲਈ ਜਿਹੜਾ ਪੈਸਾ ਇਕੱਠਾ ਕਰਨਾ ਉਹ ਕਿੱਥੇ ਜਾਣਾ, ਉਹਦਾ ਹਿਸਾਬ ਕਿਤਾਬ, ਬਿਲਕੁਲ ਟ੍ਰਾਂਸਪੈਰੈਂਸੀ ਉਹਦੇ 'ਚ ਜਿਹੜੀ ਆ ਉਹ ਇਸ ਹਿਸਾਬ ਨਾਲ ਚਾਹੀਦੀ ਆ। ਸੋ ਅਸੀਂ ਉਹਦੇ ਵਿੱਚ ਸਭ ਤੋਂ ਜਿਹੜੀ ਪਹਿਲੀ ਗੱਲ ਆ ਉਹ ਇਹ ਪਾਸ ਕੀਤੀ ਕਿ ਸਾਡੀ ਔਰਗੇਨਾਈਜੇਸ਼ਨ ਦੇ ਵਿੱਚ ਕੋਈ ਵੀ ਜਿਹੜਾ ਵਾ ਉਹ ਅਹੁਦੇਦਾਰ ਇਸ ਪੇਡ ਨਹੀਂ ਹੋਊਗਾ,
ਕੋਈ ਵੀ ਸਾਡੇ ਬੋਰਡ ਦੇ ਉੱਤੇ ਜਿਹੜਾ ਹੋਊਗਾ ਕਿਸੇ ਨੂੰ ਕੋਈ ਤਨਖਾਹ ਨਹੀਂ ਮਿਲੂਗੀ ਔਰ ਕੋਈ ਵੀ ਜੇ ਇੰਡੀਆ ਜਾਂਦਾ ਉੱਥੇ ਦਾ ਟਿਕਟ ਨਹੀਂ ਮਿਲੂਗਾ ਉੱਥੇ ਜਾ ਕੇ ਕੋਈ ਵੀ ਖਰਚ ਨਹੀਂ ਕਰੂਗਾ ਜਿਹੜਾ ਆਪਣੀ ਜੇਬੀ 'ਚੋਂ ਖਰਚ ਕਰੂਗਾ ਉਹ ਉੱਥੇ ਜਾ ਸਕਦਾ ਸਾਡੇ ਜਿੰਨੇ ਵੀ ਇੱਥੇ ਕੰਮ ਅਸੀਂ ਕਰਦੇ ਹਾਂ ਅਸੀਂ ਸਾਰੇ ਆਪਣੇ ਤੌਰ 'ਤੇ ਵਲੰਟੀਅਰ ਦੇ ਤੌਰ 'ਤੇ ਕੰਮਦੇ ਹਾਂ ਅਤੇ ਕੋਈ ਵੀ ਇਹਦੇ 'ਚੋਂ ਸਾਡੇ 'ਚੋਂ ਜਿਹੜਾ ਪੈਸਾ ਵਾ ਉਹ ਪਰਸਨਲ ਦੇ ਉੱਤੇ ਕਿਸੇ 100% ਪੈਸਾ ਜਿਹੜਾ ਡੋਨੇਟ ਹੁੰਦਾ ਉਹ ਕੌਜ਼ ਵਾਸਤੇ 100% ਕੋਈ ਅਸੀਂ ਉਹਦੇ 'ਚ ਕਿਸੇ ਆਫਿਸ ਦੀ ਤਾਂ ਨਹੀਂ ਦਿੰਦੇ ਕੋਈ ਫੂਨ ਦਾ ਬਿੱਲ ਨਹੀਂ ਦਿੰਦੇ 100% ਇਹ ਲੋਕਾਂ ਨੂੰ ਇੱਕ ਤਾਂ ਇਹ ਯਕੀਨ ਦਵਾਇਆ ਗਿਆ ਔਰ ਯਕੀਨ ਆਇਆ ਦੂਸਰਾ ਇਹ ਕਿ ਅਸੀਂ ਇੰਡੀਆ ਪੈਸੇ ਜਿਹੜੇ ਉਹ ਕੈਸ਼ ਨਹੀਂ ਦਿੰਦੇ ਅਸੀਂ ਪ੍ਰੋਜੈਕਟ ਅਸੀਂ ਕੋਈ ਕੈਸ਼ ਨਹੀਂ ਭੇਜਦੇ ਬੈਂਕ ਟੂ ਬੈਂਕ ਜਿਹੜਾ ਉੱਥੇ ਜਾਊ ਇੱਥੇ ਦੀ ਜਿਹੜੀ ਸਾਡਾ ਚੈਰਿਟੀ ਦਾ ਅਕਾਊਂਟ ਆ ਉਹ ਅਸੀਂ ਰਸੀਦ ਦਿੰਦੇ ਹਾਂ ਉਹ ਗੌਰਮੈਂਟ ਦੇ ਟੈਕਸ 'ਚ ਭਰਦੇ ਆ ਇੱਥੇ ਦੀ ਗੌਰਮੈਂਟ ਜਿਹੜੀ ਉਹ ਤੁਹਾਡੀ ਇਕੱਲੀ ਇਕੱਲੀ ਚੀਜ਼ ਜਿਹੜੀ ਆ ਆਡਿਟ ਕਰਦੀ ਅਤੇ ਉਹ ਜਦੋਂ ਪੈਸਾ ਇੰਡੀਆ ਦੀ ਗੌਰਮੈਂਟ ਕੋਲ ਜਾਂਦਾ ਇੰਡੀਆ ਦੀ ਗੌਰਮੈਂਟ ਇਸ ਚੀਜ਼ ਨੂੰ ਐਡਿਟ ਕਰਦੀ ਆ ਕਿ ਇਹ ਪੈਸਾ ਜਿਹੜਾ ਵਾ ਇਹ ਸਹੀ ਬੰਨੇ ਲੱਗਦਾ ਕਿਸੇ ਹੋਰ ਗਲਤ ਕੰਮ 'ਤੇ ਨਹੀਂ ਲੱਗਦਾ ਕਿਹੜੀ ਚੀਜ਼ ਤੁਹਾਨੂੰ ਇੰਸਪਾਇਰ ਕਰਦੀ ਤੁਹਾਡੇ ਹਸਬੈਂਡ ਵਾਈਫ ਨੂੰ ਇਹ ਕੰਮ ਕਰਨ ਲਈ ਇੱਕ ਚੀਜ਼ ਕਰਦੀ ਜੀ ਕਿ ਜੇ ਅਸੀਂ ਦੁਨੀਆ ਦੇ ਵਿੱਚ ਆਪਣੇ ਸਮਾਜਿਕ ਤੌਰ 'ਤੇ ਕਲਚਰ ਤੌਰ ਦੇ ਉੱਤੇ ਆਪਣਾ ਸੱਭਿਆਚਾਰ ਦੇਖੀਏ ਸਾਡੇ ਗੁਰੂ ਹੋਏ ਪੀਰ ਹੋਏ ਆ ਉਹਨਾਂ ਦਾ ਇੱਕੋ ਆਸ਼ਾ ਸੀ ਕਿ ਇਹ ਦੁਨੀਆ ਜਿਹੜੀ ਆ ਇਹਨੂੰ ਵਧੀਆ ਬਣਾ ਕੇ ਇਸ ਦੁਨੀਆ ਤੋਂ ਜਾਣਾ ਅਸੀਂ ਇਹ ਸੋਚਦੇ ਹਾਂ ਕਿ ਜਦੋਂ ਆਪਾਂ ਇਸ ਦੁਨੀਆ 'ਚ ਜੰਮਦੇ ਹਾਂ ਉਦੋਂ ਬਾਅਦ 'ਚ ਉਦੋਂ ਜ਼ਿਆਦਾ ਛੱਡ ਕੇ ਜਾਓ ਕਿ ਤੁਹਾਡੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਉਹ ਇਹ ਚੀਜ਼ ਕਰਨ ਕਿ ਜਦੋਂ ਇਹ ਲੋਕ ਇੱਥੇ ਆਏ ਸੀ ਉਹਦੇ ਨਾਲ ਦੁਨੀਆ ਵਾਧੂ ਬਣ ਕੇ ਗਈ ਆ ਅਖੀਰ ਵਿੱਚ ਇਹ ਤੁਹਾਡੇ ਤੋਂ ਜਾਣਨਾ ਚਾਹੂੰਗੇ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਅੱਜ ਦੇ ਇਸ ਯੁੱਗ ਵਿੱਚ ਅਸੀਂ ਇਹ ਸੋਚ ਰਹੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਾਡੇ ਕੋਲ ਮਾਇਆ ਹੋ ਜਾਏ ਚੌਧਰ ਹੋ ਜਾਏ ਸਭ ਕੁਝ ਹੋ ਜਾਏ ਉਸ ਨਾਲ ਹੀ ਸਾਨੂੰ ਖੁਸ਼ੀ ਮਿਲੇਗੀ ਪਰ ਤੁਹਾਡੇ ਹਿਸਾਬ ਨਾਲ ਸਕਸੈਸ ਜਾਂ ਖੁਸ਼ੀ ਕਿਵੇਂ ਪ੍ਰਾਪਤ ਹੁੰਦੀ ਇੱਕ ਡਿੱਗੇ ਹੋਏ ਨੂੰ ਉੱਠ ਕੇ ਖੜਾ ਕਰਨਾ ਇੱਕ ਜਿਹੜਾ ਬੰਦਾ ਜੇ ਲੋੜਵੰਦ ਆ ਉਹਨੂੰ ਸਹਾਰਾ ਦੇਣਾ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਦਿਨ 'ਚ 365 ਦਿਨ ਹੁੰਦੇ 365 ਦਿਨਾਂ 'ਚੋਂ ਜੇ 5 ਦਿਨ ਤੁਸੀਂ ਜਿਹੜੇ ਆ ਸਾਲ ਦੇ ਲਾ ਦਿਓ ਉਹ 1 ਮਹੀਨੇ ਦਾ 1 ਦਿਨ ਵੀ ਨਹੀਂ ਬਣਦਾ ਠੀਕ ਸੋ ਉਹ ਇੱਧਰਲੇ ਬੰਨੇ ਲਾ ਦਿਓ ਅਤੇ ਦੁਨੀਆ ਨੂੰ ਵਧੀਆ ਛੱਡ ਕੇ ਜਾਓ ਪੈਸਾ ਜਿਹੜਾ ਇਹ ਤੁਹਾਨੂੰ ਖੁਸ਼ੀ ਨਹੀਂ ਦੇ ਸਕਦਾ ਖੁਸ਼ੀ ਤੁਹਾਨੂੰ ਉਹ ਮਿਲਦੀ ਆ ਜਦੋਂ ਤੁਸੀਂ ਡਿੱਗੇ ਹੋਏ ਨੂੰ ਚੁੱਕ ਕੇ ਆਪਣੇ ਬਰਾਬਰ ਖੜਾ ਕਰਦੇ ਬਹੁਤ ਖੂਬ ਜੀ ਤੁਹਾਡਾ ਬਹੁਤ ਧੰਨਵਾਦ ਸਾਨੂੰ ਬੜਾ ਮਾਣ ਹੈ ਤੁਹਾਡੇ ਅਤੇ ਭੈਣ ਜੀ ਦੇ ਉੱਤੇ ਕਿ ਤੁਸੀਂ ਇਸ ਨੇਕ ਕੰਮ ਵਿੱਚ ਜੁੜ ਕੇ ਇਸ ਮੂਵਮੈਂਟ ਨੂੰ ਹੋਰ ਅੱਗੇ ਲਿਜਾ ਕੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਖਾਸ ਤੌਰ 'ਤੇ ਬੱਚਿਆਂ ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆ ਰਹੇ ਹੋ ਪੰਜਾਬ ਵਿੱਚ 3 ਸੰਸਥਾਵਾਂ ਨੂੰ ਸਪੋਰਟ ਕਰਕੇ 1 ਮਿਲੀਅਨ ਡਾਲਰ ਤੋਂ ਵੱਧ ਪੈਸਾ ਜਾ ਚੁੱਕਿਆ ਅਤੇ ਆਉਣ ਵਾਲੇ ਸਾਲਾਂ 'ਚ ਹੋਰ ਵੀ ਬਹੁਤ ਸਾਰੇ ਪ੍ਰੋਜੈਕਟਸ ਤੁਸੀਂ ਅਪਣਾਓਗੇ ਧੰਨਵਾਦ ਅਤੇ ਸ਼ੁਭਕਾਮਨਾਵਾਂ ਥੈਂਕ ਯੂ ਫੋਰ ਬੀਂਗ ਹੇਅਰ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਹਾਡੇ ਸ਼ੋਅ ਦਾ ਤੁਹਾਡਾ ਹਰਪ੍ਰੀਤ ਜੀ ਦਾ ਥੈਂਕ ਯੂ ਭੈਣ ਜੀ ਦਾ ਕਿ ਤੁਸੀਂ ਲੋਕਾਂ ਦੇ ਸਾਹਮਣੇ ਇੱਦਾਂ ਦੇ ਜਿਹੜੇ ਇਸ਼ੂ ਆ ਉਹਨੂੰ ਲੋਕਾਂ ਦੇ ਵਿੱਚ ਲਿਜਾਂਦੇ ਹਾਂ ਅਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਜੀ ਥੈਂਕ ਯੂ